ਸਤਿ ਸ਼੍ਰੀ ਅਕਾਲ ਬਾਈ ਜੀ, ਮੈਂ ਗਿੱਦੜਵਾ ਮੰਡੀ ਦੇ ਵਿੱਚ 20 ਤਰੀਕ ਦਾ ਝੋਨਾ ਵੱਢ ਕੇ ਲਿਆ, ਆਪਣਾ 1 ਤਰੀਕ ਦਾ ਝੋਨਾ ਵੱਢ ਕੇ ਲਿਆ ਅਤੇ ਦਿਵਾਲੀ ਵਾਲੇ ਦਿਨ ਦਾ ਝੋਨਾ ਵੱਢਿਆ ਅਤੇ ਅੱਜ ਬਾਈ 20 ਤਰੀਕ ਹੋ ਗਈ ਅਤੇ ਕਿਸੇ ਨੇ ਬਾਈ ਬਾਤ ਨਹੀਂ ਪੁੱਛੀ ਅਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿੰਦਾ ਵੀ ਮਾਨ ਸਾਹਿਬ, ਤੁਸੀਂ ਤਾਂ ਕਹਿੰਦੇ ਸੀ ਥੋੜ੍ਹੇ ਸਮੇਂ ਦੀਆਂ ਵਰਾਇਟੀਆਂ ਲਾਓ, ਪਾਣੀ ਬਚਾਓ, ਵਾਤਾਵਰਨ ਬਚਾਓ, ਅਤੇ ਮੈਂ ਇੱਕ ਗੀਤਕਾਰ ਬੰਦੇ ਹੋਣ ਦੇ ਨਾਤੇ ਮੈਂ ਇਹ ਚਾਹੁੰਦਾ ਕਿ ਆਪਣੀ ਧਰਤੀ ਦਾ ਪਾਣੀ ਬਚੇ, ਪ੍ਰਦੂਸ਼ਣ ਨਾ ਹੋਵੇ ਅਤੇ ਘੱਟ ਸਮੇਂ ਦੀਆਂ ਵਰਾਇਟੀਆਂ ਲਾਈਏ। ਤੁਸੀਂ ਇਹ ਗੱਲ ਜ਼ੋਰ ਜ਼ੋਰ ਨਾਲ ਕਹੀ ਸੀ ਮਾਨ ਸਾਹਿਬ ਕਿ 26 ਝੋਨਾ ਤਾਂ ਹਰ ਹਾਲਤ ਚੱਕਾਂਗੇ, ਅਤੇ ਬਾਈ ਆਹ ਪਿਆ 26 ਝੋਨਾ ਦਿਵਾਲੀ ਵਾਲੇ ਦਿਨ ਦਾ ਵੱਢਿਆ, ਚਾਰੇ ਪਾਸੇ ਗੱਟੇ ਲੱਗੇ ਪਏ ਸੀਗੇ, ਹੁਣ ਗੱਟੇ ਚੱਕੇ ਹੈ, 21-22 ਮੋਇਸਚਰ ਆਉਂਦਾ ਬਾਈ, ਉੱਤੋਂ ਮੌਸਮ ਇਹੋ ਜਿਹਾ ਕੋਈ ਮੋਇਸਚਰ ਨਹੀਂ ਘਟਦਾ ਅਤੇ ਕੋਈ ਮੰਡੀ ਗਿੱਦੜਵਾ ਦੇ ਵਿੱਚ ਬਾਤ ਪੁੱਛਣ ਵਾਲਾ ਹੈ ਨਹੀਂ ਗਾ, ਅਤੇ ਮੁੱਖ ਮੰਤਰੀ ਦੀ ਜ਼ਬਾਨ ਦਾ ਇੱਕ ਇੱਕ ਸ਼ਬਦ ਮੂੰਹੋਂ ਬੋਲਿਆ ਕਰੋੜ ਕਰੋੜ ਹੁੰਦਾ ਹੈ। ਅਤੇ ਮਾਨ ਸਾਹਿਬ, ਮੈਂ ਤਾਂ ਤੁਹਾਡੇ ਕਹਿਣ 'ਤੇ ਭਰਾਵਾ 26 ਝੋਨਾ ਲਾ ਲਿਆ, ਥੋੜ੍ਹੇ ਸਮੇਂ ਦੀ ਵਰਾਇਟੀ ਲਾ ਲਈ, ਅਤੇ ਹੁਣ ਮੇਰਾ ਖਹਿੜਾ ਨਹੀਂ ਛੁੱਟਦਾ, ਜੇ ਕੋਈ ਮੈਂ ਹੋਰ ਵਰਾਇਟੀ ਲਾ ਲੈਂਦਾ ਸ਼ਾਇਦ ਖਹਿੜਾ ਛੇਤੀ ਛੁੱਟ ਜਾਂਦਾ, ਕਿਉਂਕਿ ਇਹਦਾ ਮੋਇਸਚਰ ਬਾਈ 26 ਝੋਨੇ ਦਾ ਘੱਟਦਾ ਹੀ ਨਹੀਂ ਗਾ। ਕੀ ਕਰਕੇ ਬਥੇਰਾ ਦੂਰ ਤੱਕ ਖਿਲਾਰ ਕੇ ਵੇਖ ਲਿਆ, ਅਤੇ ਭਰਾਵਾ ਕੱਲ੍ਹ ਤੂੰ ਸਾਡੇ ਵੋਟਾਂ ਅੱਜ ਪਈਆਂ, ਅਤੇ ਕੋਟ ਭਾਈ ਵੀ ਤੇਰੇ ਦਰਸ਼ਨ ਕਰੇ ਸੀਗੇ, ਤੁਸੀਂ ਤਾਂ ਕਹੇ ਸਾਰਾ ਮਾਨਾ ਦਾ, 70% ਮਾਨਾ ਦਾ ਪਿੰਡ ਹੈ, ਪਿੰਡ ਤਾਂ ਬਾਈ ਭਾਵਾਂ ਮਾਨਾ ਦਾ ਤੁਸੀਂ ਵੀ ਮਾਣ ਹੈ, ਅਤੇ ਬਾਈ ਸਾਰੇ ਕਿਸਾਨ ਭਰਾ ਮੇਰੇ ਖੱਜਲ ਖੁਆਰ ਹੋਈ ਜਾਂਦੇ ਆ, ਅਤੇ ਮੇਰੀ ਹੱਥ ਬੰਨ ਕੇ ਬੇਨਤੀ ਆ ਭਰਾਵਾ, ਅੱਗੇ ਹੀ ਕਰਜਾਈ ਹੋਏ ਪਏ ਹਾਂ, ਮਰਨ ਨੂੰ ਥਾਂ ਭਾਲਦੇ ਹਾਂ, ਅਤੇ ਭਰਾ ਮੇਰਿਆ ਜੇ 26 ਝੋਨਾ ਲਵਾਇਆ ਨਾ, ਇਹਦਾ ਕੋਈ ਹੱਲ ਕਰ, ਜੇ ਤੂੰ ਨਹੀਂ ਹੱਲ ਕਰਨਾ ਤਾਂ ਭਰਾਵਾ ਮੈਂ ਤਾਂ ਮਰਿਆ ਮਰਾਇਆ, ਮੇਰੇ ਕੋਲ ਤਾਂ ਇੱਕੋ ਹੀ ਰਾਹ ਬਚਦਾ, ਮੈਂ ਤਾਂ ਉੱਥੋਂ 5 ਲੀਟਰ ਤੇਲ ਲਿਆ ਕੇ ਨਾ, ਨਾਲੇ ਤਾਂ ਮੈਂ ਵਿੱਚ ਆਪ ਮੱਚੂੰਗਾ ਅਤੇ ਨਾਲੇ ਮੈਂ ਸਾਰੇ ਝੋਨੇ 'ਤੇ ਤੇਲ ਛਿੜਕ ਕੇ ਅੱਗ ਲਾ ਦੂੰਗਾ, ਸਿਰਫ ਮੈਂ 1 ਜਾਂ 2 ਦਿਨ ਦੇਖਦਾ, ਹੋਰ ਮੇਰੇ ਕੋਲ ਭਰਾਵਾ ਕੋਈ ਵੀ ਹੱਲ ਨਹੀਂ ਗਾ। ਜਿੰਨੇ ਵੀ ਸ਼ੈਲਰ ਵਾਲੇ ਆਉਂਦੇ ਆ, ਕੋਈ ਆਉਂਦਾ 7 ਕਿਲੋ ਕਾਟ, ਮੋਇਸਚਰ ਦੀ ਅੱਡ 10-10 ਕਿਲੋ ਕਾਟ ਮੰਗੀ ਖੜ੍ਹੇ ਆ, ਅਤੇ ਬਾਈ 10 ਕਿਲੋ ਕਾਟ ਅੱਗੇ ਹੀ ਝੋਨੇ ਦਾ ਚਾਰਜ ਨਹੀਂ, 10 ਕਿਲੋ ਕਾਟ ਦੇ ਕੇ ਮੈਂ ਜਾਊਂ ਕਿੱਧਰ, ਫਿਰ ਮੈਂ ਜਵਾਕਾਂ ਅਤੇ ਸਰਫਾਸ ਦੀਆਂ ਗੋਲੀਆਂ ਲੈ ਜਾਂਦਾ, ਹੋਰ ਤਾਂ ਕੋਈ ਮੇਰੇ ਵਾਸਤੇ ਰਾਹ ਨਹੀਂ ਬਚਦਾ। ਤੁਸੀਂ ਵਾਰ ਵਾਰ ਇੱਕੋ ਹੀ ਗੱਲ ਕਹੀ, 26 ਝੋਨਾ ਲਾ, ਘੱਟ ਸਮੇਂ ਦੀ ਵਰਾਇਟੀ ਲਾ, ਪਾਣੀ ਬਚਾਓ, ਮੈਂ ਪਾਣੀ ਬਚਾਉਂਦਾ ਭਰਾਵਾ ਅੱਜ ਖੁਦ ਮਰ ਗਿਆ ਹੈ। ਮੈਂ ਵੀ ਦੂਜੇ ਕਿਸਾਨਾਂ ਨੂੰ 28-67 ਜਾਂ ਹਾਈਬ੍ਰਿਡ ਲਾਇਆ ਹੁੰਦਾ ਜੂਨ 'ਚ ਗੇਤਾ, ਮੈਂ ਮੈਨੂੰ ਇਕੱਲੇ ਨੂੰ ਪਾਣੀ ਦੀ ਕੀ ਪਈ ਸੀਗੀ, ਅਤੇ ਪਾਣੀ ਬਚਾਉਂਦੇ ਨੇ ਅੱਜ ਆਪਦੇ ਗਲ 'ਚ ਫਾਹ ਪਾਲਿਆ, ਅਤੇ ਮਾਨ ਸਾਹਿਬ ਮੇਰੇ ਇਸ ਸਮੱਸਿਆ ਦਾ ਕੋਈ ਹੱਲ ਕਰ ਭਰਾ ਮੇਰਿਆ, ਕੋਈ ਹੱਲ ਕਰ, ਜਾਂ ਤਾਂ ਮੇਰਾ ਝੋਨਾ ਤਲਵਾ, ਅਤੇ ਨਹੀਂ ਭਾਈ ਇਹ ਤਾਂ ਸਾਰੇ ਅਫਸਰ ਸਾਹਿਬਾਨ ਆ ਜਾਣ ਕੱਲ੍ਹ ਜਾਂ ਪਰਸੋਂ ਤੱਕ, ਅਤੇ ਆਪਾਂ ਤਾਂ ਭਰਾਵਾ ਇਹੀ ਰਾਹ ਬਚਦਾ, ਝੋਨੇ ਨੂੰ ਅੱਗ ਲਾ ਕੇ ਅਤੇ ਸੀਖ ਲਾ ਕੇ ਘਰੇ ਜਾ ਵੜਾਂਗੇ, ਨਾਲ ਲੈ ਜਾਵਾਂਗੇ ਸਰਪਾਸ ਦੀ ਤਰਫ ਧੰਨਵਾਦ।